ਤੁਸੀਂ ਦੇਖ ਰਹੇ ਹੋ ਨਿਊਜ਼ ਟਾਈਮ ਪੰਜਾਬ ਦੇ ਖਾਸ ਪ੍ਰੋਗਰਾਮ ਇੱਕ ਮੁਲਾਕਾਤ, ਗੱਲ ਪੰਜਾਬ ਪੰਜਾਬੀ ਅਤੇ ਪੰਜਾਬੀ ਦੀ। ਅੱਜ ਸਾਡੇ ਨਾਲ ਰੂਬਰੂ ਹੋਏ ਨੇ ਡਾਕਟਰ ਮਨੂ ਸ਼ਰਮਾ ਜੀ, ਜੋ ਕਿ ਬਹੁਤ ਹੀ ਵਧੀਆ ਐਸਟ੍ਰੋਲੋਜੀ ਅਤੇ ਵਾਸਤੂ ਕਲਾ ਸੰਗਠਨ ਨੇ। ਅੱਜ ਕਰਾਂਗੇ ਇਹਨਾਂ ਨਾਲ ਇਸੇ ਵਿਸ਼ੇ 'ਤੇ ਗੱਲਬਾਤ। ਸਤਿ ਸ਼੍ਰੀ ਅਕਾਲ ਬੰਦ ਜੀ। ਮਨੂ ਜੀ, ਸਭ ਤੋਂ ਪਹਿਲਾਂ ਦੱਸੋ, ਤੁਹਾਡਾ ਜਨਮ ਕਿੱਥੇ ਹੋਇਆ ਅਤੇ ਤੁਹਾਡੀ ਜਿਹੜੀ ਮੁੱਢਲੀ ਸਿੱਖਿਆ ਸੀ ਉਹ ਤੋਂ ਪ੍ਰਾਪਤ ਕੀਤੀ? ਸਰ, ਆਪਣੇ ਮੋਗਾ ਜ਼ਿਲ੍ਹੇ ਦੇ ਵਿੱਚ। ਠੀਕ ਹੈ। ਅਤੇ ਮੁੱਢਲੀ ਸਿੱਖਿਆ ਮੈਂ ਆਪਣੇ ਏਰੀਏ ਦੇ ਵਿੱਚ ਸਕੂਲ ਸੀ, ਪ੍ਰਾਣ ਬਜਿੰਦਰ ਨਗਰ ਸਕੂਲ ਜੀ। ਉੱਥੋਂ ਟੈਂਥ ਤੋਂ ਬਾਅਦ DM ਕਾਲਜ ਦੇ ਵਿੱਚੋਂ ਮਾਸਟਰਸ ਕਰਕੇ ਜੀ ਗੁਰਸਰ ਸੁਧਾਰ ਕਾਲਜ ਲੁਧਿਆਣੇ, ਉੱਥੋਂ BEd ਔਰ MEd ਦੀ ਕੰਪਲੀਟ ਕੀਤੀ ਡਿਗਰੀ ਜੀ। ਆਫਟਰ ਦੈਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਪਣੀ PhD ਦੀ ਡਿਗਰੀ ਮੈਂ ਕੰਪਲੀਟ ਕੀਤੀ ਹੈ। ਡਾਕਟਰ ਡਿਗਰੀ ਤੁਸੀਂ ਜੀ ਸਰ ਜੀ ਜੀ ਉਹਨਾਂ ਤੁਹਾਡੇ ਸ਼ੌਂਕ ਕੀ ਕੀ ਨੇ? ਸਰ, ਜਿਹੜੀ ਸ਼ੌਂਕ ਦੀ ਜਦੋਂ ਆਪਾਂ ਗੱਲ ਕਰਦੇ, ਸ਼ੌਂਕ ਹਰੇਕ ਪਰਸਨ ਦੇ ਟਾਈਮ ਟੂ ਟਾਈਮ ਚੇਂਜ ਕਰਦੇ ਜਿਹਦੇ ਲੈਂਦੇ ਆ। ਕੋਈ ਜਦੋਂ ਬੰਦਾ ਬਚਪਨ 'ਚ ਹੁੰਦਾ ਉਹਦੇ ਸ਼ੌਂਕ ਕੋਈ ਸ਼ੋਰ ਹੁੰਦੇ ਆ ਜੀ, ਫਿਰ ਮਜ਼ੋਰ ਇਨਾਫ ਹੁੰਦਾ, ਫਿਰ ਸ਼ੌਂਕ ਬਦਲ ਜਾਂਦੇ ਆ ਟਾਈਮ ਟੂ ਟਾਈਮ। ਛੋਟੇ ਹੁੰਦੇ ਜ਼ਿਆਦਾ ਪੜ੍ਹਾਈ ਵੱਲ ਧਿਆਨ ਦੇ, ਆਫਟਰ ਦੈਟ ਇੱਕ ਪੜਾਅ ਆਇਆ ਜੀ, ਗਜ਼ਲ ਸੁਣਨ ਦਾ ਬਹੁਤ ਸ਼ੌਂਕ ਰਿਹਾ, ਜਗਜੀਤ ਸਿੰਘ ਦੀ ਗਜ਼ਲ ਦੇ ਫੈਨ ਰਹੇ ਆ ਟਾਈਮ ਟੂ ਟਾਈਮ। ਫਿਰ ਆਫਟਰ ਟੈਂਥ ਐਸਟ੍ਰੋਲੋਜੀ ਵੱਲ ਬਹੁਤ ਜ਼ਿਆਦਾ ਮੇਰਾ ਧਿਆਨ ਗਿਆ ਅਤੇ ਇਹਨੂੰ ਆਪਦੇ ਸ਼ੌਂਕ ਵਜੋਂ ਮੈਂ ਅੱਗੇ ਵਧਾਇਆ। ਮੈਨੂੰ ਜਿਹੜੀ ਐਸਟ੍ਰੋਲੋਜੀ ਕਰਦੇ ਹਾਂ, ਸਮਾਜ ਸੇਵਾ ਭਾਵਨਾ ਕਰਦੇ ਹਾਂ ਜਾਂ ਤੁਹਾਡਾ ਪ੍ਰੋਫੈਸ਼ਨ ਹੈ? ਸਰ, ਕੰਪਲੀਟਲੀ ਸਮਾਜ ਸੇਵਾ ਭਾਵ ਦੇ ਨਾਲ ਜੋਤਿਸ਼ ਦਾ ਜਿਹੜਾ ਕੰਮ ਹੈ, ਐਸਟ੍ਰੋਲੋਜੀ ਦਾ ਕੰਮ ਇਹ ਕੀਤਾ ਜਾ ਰਿਹਾ ਅਤੇ ਆਲਮੋਸਟ ਪਿਛਲੇ 20 ਸਾਲ ਤੋਂ ਜੀ ਇਹ ਕਾਰਿਆ ਮੈਂ ਜਿਹੜਾ ਲਗਾਤਾਰ ਕਰ ਰਿਹਾ ਜੀ। ਕਾਫੀ ਲੋਕ ਇਸ ਤੋਂ ਲਾਭ ਲੈ ਰਹੇ ਆ। ਮੈਨੂੰ ਜੀ, ਇਸ ਫੀਲਡ ਵਿੱਚ ਤੁਹਾਡੇ ਗੁਰੂ ਹੋਇਆ ਕੌਣ ਹੈ? ਸਰ, ਇਸ ਤਰ੍ਹਾਂ ਗੱਲ ਹੈ ਵੀ ਮੈਂ ਕਾਫੀ ਜਦੋਂ ਇਸ ਫੀਲਡ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਇਸ ਫੀਲਡ ਦੇ ਵਿੱਚ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਆਇਆ ਤਾਂ ਫਸਟ ਆਫ ਆਲ ਤਾਂ ਮੰਦਰ ਜਾਣ ਦੀ ਹੈਬਿਟ ਹੈ ਸ਼ੁਰੂ ਤੋਂ ਸਾਡੀ ਫੈਮਿਲੀ ਨੂੰ ਜੀ, ਸਵੇਰੇ ਸ਼ਾਮ ਮੰਦਰ ਜਾ ਕੇ ਅਰਦਾਸ ਕਰਨੀ, ਮੈਂ ਟੇਕਣਾ ਜੀ, ਇਹ ਸ਼ੁਰੂ ਤੋਂ ਆਦਤ ਰਹੀ ਹੈ। ਅਤੇ ਜਦੋਂ 7th 8th ਦੀਆਂ ਗੱਲਾਂ ਕਰਦੇ ਹਾਂ ਕਿ ਸ਼ਾਮ ਨੂੰ ਆਰਤੀ ਦੇ ਟਾਈਮ ਜਾਈਦਾ ਸੀ ਜੀ, ਅਤੇ ਉਦੋਂ ਬੰਦੇ ਦੀ ਆਰਤੀ ਕਰਦੇ ਹੁੰਦੇ ਸੀ, ਸਾਰੇ ਆਰਤੀ ਵੀ ਕੰਟੈਸਟ ਹੋ ਗਏ, ਸਾਰੀਆਂ ਜਿਹੜੇ ਉਦੋਂ ਪਿੱਛੋਂ ਮੰਤਰ ਸੀਗੇ ਉਹ ਵੀ ਸਾਰੇ ਕੰਟੈਸਟ ਹੋ ਗਏ। ਚਲੋ, ਜੋਤਿਸ਼ ਦੇ ਬਾਰੇ ਮੈਂ ਹੋਰ ਜਾਣਨਾ ਚਾਹੁੰਦਾ ਕਿ ਸਾਡੀ ਬੈਕਗ੍ਰਾਉਂਡ ਨਹੀਂ ਹੈ ਜੋਤਿਸ਼ ਦੀ, ਵੀ ਆਪਾਂ ਕਹੀਏ ਵੀ ਕਿ ਸਾਡੇ ਪਿਤਾ ਪੁਰਖ ਕੀ ਕੰਮ ਹੈ, ਮੇਰੇ ਫਾਦਰ ਸਾਹਿਬ, ਦਾਦਾ ਜੀ, ਜਾਂ ਫੈਮਿਲੀ 'ਚੋਂ ਕੋਈ ਬੰਦਾ ਨਹੀਂ, ਸਾਡਾ ਐਜੂਕੇਸ਼ਨ ਨਾ ਰਹੇ, ਪਰਸਨ ਹੀ ਰਹੇ। ਤਾਂ ਮੈਂ ਗੱਲ ਕਰ ਰਿਹਾ ਸੀ ਕਿ ਫਿਰ ਆਰਤੀਆਂ ਅਤੇ ਮੰਤਰ ਕੰਟੈਸਟ ਹੋ ਗਏ। ਆਫਟਰ ਦੈਟ 10th ਕੰਪਲੀਟ ਕੀਤੀ, ਜਦੋਂ 10th ਕੰਪਲੀਟ ਕੀਤੀ ਅਤੇ ਮੇਰੇ ਮਦਰ ਕਹਿੰਦੇ ਵੀ ਫਰੀ ਨਹੀਂ ਰਹਿਣਾ, ਅਗਰ ਤੁਸੀਂ ਕੁਛ ਨਾ ਕੁਛ ਸਿੱਖੋ, ਟਾਈਪਿੰਗ ਸਿੱਖਣੀ, ਕੰਪਿਊਟਰ ਸਿੱਖਣਾ ਸ਼ੁਰੂ ਕਰਤਾ, ਫਿਰ ਵੀ ਟਾਈਮ ਫਰੀ ਵੱਜਦਾ ਸੀ। ਮੰਦਰ ਦੇ ਪੰਡਿਤ ਜੀ ਨੂੰ ਕਿਹਾ, ਪੰਡਿਤ ਜੀ ਮੈਂ ਇੱਕ ਦਿਨ ਅਖਬਾਰ ਦੇਖਿਆ ਜੀ, ਅਖਬਾਰ ਦੇ ਵਿੱਚ ਰਾਸ਼ੀਆਂ ਦੇਖੀਆਂ, ਡੱਬਾ ਜਿਹਾ ਬਣਿਆ ਜਦੋਂ ਤੁਸੀਂ ਦੇਖਿਆ ਹੋਰ ਬੰਦੀ ਦਾ ਸਤਾਰੇ ਹੁੰਦੇ, ਹਾਂ, ਤਾਂ ਉਹਦੇ ਵਿੱਚ ਜਦੋਂ ਉਹਨੂੰ ਦੇਖਿਆ ਅਤੇ ਮਨ 'ਚ ਜਿਗਿਆਸਾ ਪੈਦਾ ਹੋਈ ਕਿ ਇਹ ਕੀ ਚੀਜ਼ ਹੈ, ਇਹਦੇ ਬਾਰੇ ਕਿਵੇਂ ਜਾਣਕਾਰੀ ਦਿੱਤੀ ਜਾ ਸਕਦੀ। ਤਾਂ ਉਹ ਜਿਹੜੇ ਮੇਰੇ ਸਭ ਤੋਂ ਨੇੜੇ ਵਾਲੇ ਪੰਡਿਤ ਜੀ ਸੀ, ਜਿਹਨਾਂ ਕੋਲ ਸ਼ਾਮ ਨੂੰ ਆਰਤੀ ਟਾਈਮ ਜਾਈਦਾ ਸੀ, ਤਾਂ ਉਹਨਾਂ ਨੂੰ ਪੁੱਛਿਆ, ਪੰਡਿਤ ਜੀ ਇਹ ਕੀ ਚੀਜ਼ ਹੁੰਦੀ ਹੈ? ਉਹ ਕਹਿੰਦੇ ਵੀ ਮੈਨੂੰ ਤਾਂ ਇਹਦੇ ਬਾਰੇ ਖੁਦ ਨਹੀਂ ਯਾਦ ਹੈ, ਮੈਂ ਖੁਦ ਜਾਣਦਾ ਹੈਗਾ ਸ਼ਿਵਾਲਾ ਮੰਦਰ 'ਚ ਅਕਸ਼ੇ ਸ਼ਰਮਾ ਜੀ, ਮਤਲਬ ਅਕਸ਼ੇ ਸ਼ਰਮਾ ਜੀ ਬਹੁਤ ਹੀ ਰਿਨੋਲਡ ਪਰਸਨੈਲਿਟੀ ਹੈ ਜੀ, ਤਾਂ ਮੈਂ ਅਕਸ਼ੇ ਜੀ ਕੇ ਪਾਸ ਜਾਤਾ ਹੂੰ, ਆਪਕੋ ਵੀ ਸਾਥ ਲੈ ਚਲੂੰਗਾ। ਮੈਂ ਅਕਸ਼ੇ ਜੀ ਕੋਲ, ਪੰਡਿਤ ਜੀ ਕੋਲ ਗਿਆ ਮੈਂ ਜੀ, ਤਾਂ ਫਸਟ ਕੁਸਚਨ ਮੈਨੂੰ ਅੱਜ ਦੇ ਦਿਨ ਵੀ ਯਾਦ ਹੈ
ਉਹਨਾਂ ਨੇ ਮੈਨੂੰ ਇਹ ਪੁੱਛਿਆ ਕਹਿੰਦੇ ਵੀ ਤੁਸੀਂ ਜੋਤਿਸ਼ ਕਿਉਂ ਸਿੱਖਣਾ ਚਾਹੁੰਦੇ, ਕਿਉਂ ਲਾਲਸਾ ਪੈਦਾ? ਮੈਂ ਉਹਨਾਂ ਨੂੰ ਕਿਹਾ ਜੀ ਮੇਰਾ ਸ਼ੌਂਕ ਹੈ। ਕਹਿੰਦੇ ਫਿਰ ਤੁਸੀਂ ਰੱਬ ਦਾ ਲਾ ਸਕਦੇ। ਮੈਨੂੰ ਲੱਗਦਾ ਜੇ ਮੈਂ ਉਹਨਾਂ ਨੂੰ ਕਹਿੰਦਾ ਕਿ ਮੈਂ ਪ੍ਰੋਫੈਸ਼ਨਲ ਬਣਨਾ, ਮੈਂ ਪੈਸਾ ਕਮਾਉਣਾ ਜੋਤਿਸ਼ ਦੇ ਵਿੱਚ, ਮੇਬੀ ਸ਼ਾਇਦ ਮਨਾ ਕਰ ਦਿੰਦੇ। ਪਰ ਉਹਨਾਂ ਨੇ ਮੈਨੂੰ ਕਿਹਾ ਵੀ ਜੇ ਸ਼ੌਂਕ ਹੈ ਤਾਂ ਫਿਰ ਤੁਸੀਂ ਜ਼ਰੂਰ ਸਿੱਖ ਸਕਦੇ ਹੋ, ਤੁਹਾਡੇ ਮਨ 'ਚ ਲਾਲਸਾ ਤਾਂ ਤੁਸੀਂ ਰੱਬ ਦਾ ਲਾ ਸਕਦੇ। ਜਿਹੜੇ ਬੰਦੇ ਜੀ ਮੇਰੇ ਨਾਲ ਗਏ ਸੀ, ਉਹ 4 ਕੁ ਦਿਨ ਮੇਰੇ ਨਾਲ ਗਏ, ਅਤੇ ਮੈਂ ਉਦੋਂ ਬਾਅਦ ਕਿੰਨੇ ਟਾਈਮ ਲਗਾਤਾਰ ਰੈਗੂਲਰ ਸ਼ਿਵਾਲਾ ਮੰਦਿਰ ਜਾਂਦੇ, ਸੇਵਾ ਵੀ ਕਰਦੇ, ਨਾਲ ਬੰਦੇ ਜੀ ਕਲਾਸ ਲਗਾਉਂਦੇ ਅਤੇ ਸਿੱਖਦੇ ਵੀ ਸੀ। ਮਤਲਬ ਜੀ ਤੰਤਰ, ਮੰਤਰ, ਯੰਤਰ, ਤਿੰਨ ਚੀਜ਼ਾਂ, ਅਤੇ ਇਹਦਾ ਕੀ ਲੋਕ ਆਮ ਲੋਕਾਂ ਨੂੰ ਇਹਦੇ ਬਾਰੇ ਜ਼ਿਆਦਾ ਪਤਾ ਨਹੀਂ, ਇਹਦੇ ਬਾਰੇ ਕੀ ਜਾਣਕਾਰੀ ਮਿਲਦਾ? ਸਰ ਬੇਸਿਕਲੀ ਜਿਹੜਾ ਤੰਤਰ ਹੈ ਉਹ ਤਨ ਨਾਲ ਸੰਬੰਧਿਤ ਹੈ, ਜਿਹੜੀ ਤਨ ਨਾਲ ਐਕਟੀਵਿਟੀ ਤੰਤਰ ਕਹਿੰਦੇ ਹਨ। ਮੰਤਰ ਮਨ ਨਾਲ ਸੰਬੰਧਿਤ ਹੈ, ਯੰਤਰ ਜਿਹੜੇ ਆਪਾਂ ਕੋਈ ਵੀ ਉਪਕਰਨ ਨਾਲ ਯੰਤਰ ਕਹਿੰਦੇ ਹਾਂ ਆਪਾਂ, ਹੈ ਕਿਸੇ ਤਰ੍ਹਾਂ ਨਾਲ, ਤਾਂ ਤੰਤਰ ਮੰਤਰ ਯੰਤਰ ਜੋਤਿਸ਼ ਦੇ ਵਿੱਚ ਚੱਲਦਾ, ਲੇਕਿਨ ਇਹ ਅਲੱਗ ਅਲੱਗ ਬ੍ਰਾਂਚੀਜ਼ ਹੈ ਜੋਤਿਸ਼ ਦੀਆਂ। ਕੋਈ ਤਾਂਤਰਿਕ ਫੀਲਡ ਦੇ ਵਿੱਚ ਹੈ, ਕੋਈ ਮੰਤਰ ਉਚਾਰਨ ਕਰਦਾ, ਜਾਂ ਮੰਦਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਰਮ ਕਾਂਡ ਪਾਠ ਪੂਜਾ ਕਰਦੇ, ਡਿਫਰੈਂਟ ਡਿਫਰੈਂਟ ਬ੍ਰਾਂਚੀਜ਼ ਹੈ ਆਪਾਂ ਕਰੇ ਹੋਣ, ਅਤੇ ਹਵਨ ਕਰਵਾਉਂਦੇ ਹੋ ਮੰਤਰ ਦੇ ਵਿੱਚ ਆ ਜਾਂਦਾ, ਠੀਕ ਹੈ। ਮੰਤਰ ਸਿੱਧੀ ਵੀ ਇਹ ਅਲੱਗ ਬ੍ਰਾਂਚ ਹੈ, ਗ੍ਰਸਤੀ ਬੰਦਾ ਮੈਂ, ਪਰ ਮੇਰਾ ਮੇਨ ਮੇਰਾ ਫੋਕਸ ਹੈ ਹੋਰੋਸਕੋਪ ਰੀਡਿੰਗ 'ਤੇ, ਸਟਾਰਸ 'ਤੇ, ਰਾਸ਼ੀਆਂ 'ਤੇ, ਉਹਨਾਂ ਨਾਲ ਕੈਲਕੂਲੇਸ਼ਨ ਬੇਸਡ ਕੰਮ ਹੈ। ਉਹ ਮਤਲਬ ਜੀ ਕਿੰਨੀਆਂ ਤਰ੍ਹਾਂ ਦੀਆਂ ਰਾਸ਼ੀਆਂ ਹੁੰਦੀਆਂ, ਅਤੇ ਕਿਵੇਂ ਤੁਸੀਂ ਇਹ ਲੋਕਾਂ ਦੇ ਵਿੱਚ ਲੈਂਦੇ ਹੋ, ਤੁਹਾਨੂੰ ਕੁੰਡਲੀ ਆ ਜਾਂਦੀ, ਕਿਵੇਂ ਚੈੱਕ ਕਰਦੇ ਹੋ ਤੁਸੀਂ? ਸਰ ਬੇਸਿਕਲੀ ਜਿਹੜੀਆਂ ਰਾਸ਼ੀਆਂ ਹੈਗੀਆਂ ਉਹ ਆਪਾਂ ਥੋੜ੍ਹੀ ਜਾਣਕਾਰੀ ਜਿਹੜਾ ਬੰਦਾ ਰੱਖਦਾ ਜੋਤਿਸ਼ ਦੇ ਬਾਰੇ, 12 ਰਾਸ਼ੀਆਂ ਟੋਟਲ ਜੀ, ਠੀਕ ਹੈ, ਅਤੇ ਹਰੇਕ ਰਾਸ਼ੀ ਦਾ ਅਲੱਗ ਅਲੱਗ ਸਵਾਮੀ ਹੈ ਜੀ, ਠੀਕ ਹੈ। ਤਾਂ ਇਹ ਪੂਰਾ ਬ੍ਰਹਿਮੰਡ ਹੈ ਜਿਹੜਾ ਇਹ ਇਹਨਾਂ ਰਾਸ਼ੀਆਂ ਦੇ ਵਿੱਚ ਹੀ ਡਿਵਾਈਡ ਹੈ, ਅਤੇ ਉਸੇ ਕੈਲਕੂਲੇਸ਼ਨ ਨੂੰ ਅਸੀਂ ਜਿਸ ਟਾਈਮ ਇੱਕ ਜਾਤਕ ਦਾ, ਜਾਤਕ ਸ਼ਬਦ ਯੂਜ ਕਰਦੇ ਹਾਂ ਅਸੀਂ ਕਿਸੇ ਪਰਸਨ ਦੇ ਲਈ, ਕਿਸੇ ਜਾਤਕ ਦਾ ਜਦੋਂ ਜਨਮ ਹੋ ਰਿਹਾ ਤਾਂ ਉਸ ਟਾਈਮ ਦੀ ਸਟਾਰਸ ਦੀ ਉਹਦੀ ਕੀ ਪੋਜੀਸ਼ਨ ਹੈ, ਉਸ ਚੀਜ਼ ਨੂੰ ਲੈ ਕੇ ਜਿਹੜੀ ਉਹ ਆਪਾਂ ਕੁੰਡਲੀ ਪੇਪਰ ਤੁਸੀਂ ਦੇਖਿਆ ਹੋਊ, ਉਹ ਟੇਵਾ ਬਣਾਈ ਦੇ ਜਿਹੜਾ, ਤਾਂ ਉਹ ਮੈਥਮੈਟੀਕਲ ਕੈਲਕੂਲੇਸ਼ਨ ਹੈ ਕਿ ਚੰਦਰਮਾ ਦੀ ਕੀ ਸਥਿਤੀ ਸੀ, ਸੂਰਿਆ ਕਿਹੜੀ ਸਥਿਤੀ 'ਤੇ ਸੀਗਾ, ਤਾਰਾ ਗ੍ਰਹਿ ਕਹਿੰਦੇ ਸੂਰਿਆ ਚੰਦਰਮਾ ਨੂੰ, ਬਾਕੀ ਪੂਰੇ ਗ੍ਰਹਿ, ਤਾਂ ਇਸ ਤੋਂ ਇਲਾਵਾ ਮੰਗਲ ਦੀ ਸਥਿਤੀ ਕੀ ਸੀ, ਸ਼ੁੱਕਰ ਦੀ ਸਥਿਤੀ ਕੀ ਸੀ, ਜੇ ਤੁਸੀਂ ਮਤਲਬ ਜੇ ਬਰੀਕੀ ਦੇ ਨਾਲ ਦੇਖੋ ਆਕਾਸ਼ ਦੇ ਵਿੱਚ, ਬ੍ਰਹਿਮੰਡ ਦੇ ਵਿੱਚ, ਜੇ ਤੁਹਾਡੇ ਕੋਲ ਯੰਤਰ ਹੋਣ ਉਸ ਤਰ੍ਹਾਂ ਦੇ ਨਾਲ ਤੁਸੀਂ ਜਿਹਦੇ ਨਾਲ ਦੇਖ ਸਕੋ ਬ੍ਰਹਿਮੰਡ ਨੂੰ ਉੱਪਰ, ਤਾਂ ਜਿਹੜੇ ਸਾਰੇ ਸਟਾਰਸ ਹੈ ਆਪਾਂ ਦੇਖ ਸਕਦੇ, ਨੰਗੀ ਅੱਖ ਨਾਲ ਬਹੁਤ ਘੱਟ ਸ਼ੁੱਕਰ ਦੇਖ ਸਕਦੇ, ਬੁੱਧ ਦੇਖ ਸਕਦੇ, ਇਹਨਾਂ ਦੀ ਪੋਜੀਸ਼ਨ ਸ਼ਾਮ ਨੂੰ ਆਪਾਂ ਨੂੰ ਪਤਾ ਲੱਗਦੀ ਵੀ ਕਿੱਥੇ ਕਿੱਥੇ ਸਟੇ ਕਰਦੇ ਆ। ਤਾਂ ਜਿਹੜੇ ਬਾਕੀ ਗ੍ਰਹਿ ਇਹਨਾਂ ਨੂੰ ਆਪਾਂ ਦੇਖ ਤਾਂ ਸਕਦੇ ਹਾਂ, ਲੇਕਿਨ ਉਹਨਾਂ ਨੂੰ ਸਪੈਸ਼ਲ ਉਪਕਰਨਾਂ ਦੇ ਨਾਲ ਦੇਖ ਸਕਦੇ। ਉਹਦੇ ਲਈ ਯੰਤਰੀ ਦੇ ਵਿੱਚ ਜਿਵੇਂ ਆਪਾਂ ਨੂੰ ਚੰਦਰਮਾ ਦਾ ਹੁੰਦਾ ਹੈ ਨਾ, ਘੱਟਦਾ ਵੱਧਦਾ ਚੰਦਰਮਾ ਆਪਾਂ ਨੂੰ ਦੇਖਦਾ ਬਿਲਕੁਲ ਕਲੀਅਰ, ਅਤੇ ਉਹਦੇ ਬਾਰੇ ਆਪਾਂ ਨੂੰ ਸਾਰੇ ਗ੍ਰਹਿਾਂ ਬਾਰੇ ਜਾਣਕਾਰੀ ਜਿਹੜੀ ਯੰਤਰੀ ਦੇ ਵਿੱਚ ਦਿੱਤੀ ਹੁੰਦੀ ਹੈ। ਤਾਂ ਟੇਵਾ ਉਹਦੇ ਤੋਂ ਬਣਾਇਆ ਜਾਂਦਾ ਕਿ ਜਿਸ ਟਾਈਮ ਬਰਥ ਹੋਇਆ ਕਿਸੇ ਵੀ ਪਰਸਨ ਦਾ, ਤਾਂ ਸਟਾਰਸ ਦੀ ਕੀ ਪੋਜੀਸ਼ਨ ਹੈ। ਮਤਲਬ ਜੀ ਬੜੇ ਤਰ੍ਹਾਂ ਦੇ ਲੋਕ ਆਉਂਦੇ ਹੋਣੇ ਜਿਹਨਾਂ ਨੂੰ ਬੜੀਆਂ ਪ੍ਰੋਬਲਮਸ ਹੁੰਦੀਆਂ ਹੋਣਗੀਆਂ ਆਪਣੀ ਲਾਈਫ 'ਚ, ਆਪਣੇ ਕੋਲ ਕੁੰਡਲੀ ਲੈ ਕੇ ਆਪਣੀ, ਅਤੇ ਫਿਰ ਤੁਹਾਨੂੰ ਕਿਵੇਂ ਲੱਗਦਾ ਉਹਨਾਂ ਦੀ ਮਦਦ ਕਰਕੇ? ਹਾਂਜੀ ਸਰ, ਬਹੁਤ ਤਰ੍ਹਾਂ ਦੇ ਲੋਕ ਆਉਂਦੇ ਆ, ਹਰ ਤਰ੍ਹਾਂ ਦੀ ਪ੍ਰੋਬਲਮਸ ਹੁੰਦੀਆਂ ਜੀ, ਅਤੇ ਇੱਕ ਐਸਟ੍ਰੋਲੋਜਰ ਇਹੋ ਜਿਹੀ ਪਰਸਨੈਲਿਟੀ ਹੈ ਕਿ ਜਿਹਦੇ ਮੂਹਰੇ ਕੋਈ ਵੀ ਪਰਸਨ ਆ ਕੇ ਆਪਦੀ ਹਰੇਕ ਤਰ੍ਹਾਂ ਦੀ ਗੱਲ, ਚਾਹੇ ਉਹ ਜਿਹੜੀ ਕਿਸੇ ਨਾਲ ਵੀ ਸ਼ੇਅਰ ਕਰ ਸਕਦਾ, ਅਤੇ ਉਹ ਐਸਟ੍ਰੋਲੋਜਰ ਨਾਲ ਆ ਕੇ ਸ਼ੇਅਰ ਕਰਦੇ। ਤਾਂ ਇਸ ਤਰ੍ਹਾਂ ਦੇ ਲੋਕ ਵੀ ਆਉਂਦੇ ਕਿ ਜਿਹਨਾਂ ਨੂੰ ਸਿਰਫ ਅਤੇ ਸਿਰਫ ਕੌਂਸਲਿੰਗ ਦੀ ਲੋੜ ਹੁੰਦੀ ਹੈ, ਉਹਨਾਂ ਦੀ ਬਹੁਤ ਅੱਛੀ ਕੌਂਸਲਿੰਗ ਕਰਦੇ ਹੈ। ਤਾਂ ਇਹ ਮੇਰੇ ਮਤਲਬ ਜਿਹੜੇ ਮੇਰੇ ਕਲਾਇੰਟਸ ਹੈ ਜਿਹੜੇ ਮੇਰੇ ਕੋਲ ਰੈਗੂਲਰ ਆ ਰਹੇ ਹੈ, ਉਹ ਕਹਿੰਦੇ ਵੀ ਸਾਨੂੰ ਉਪਾਏ ਨਾਲ, ਰੈਮਡੀਜ਼ ਨਾਲ ਸਾਨੂੰ ਘੱਟ ਮਤਲਬ ਹੈ, ਤੂੰ ਸਾਨੂੰ ਮਿਲ ਗਿਆ ਸਾਡਾ ਕੰਮ ਹੋ ਗਿਆ। ਮਤਲਬ ਗੱਲਾਂ ਨਾਲ ਨਹੀਂ ਆਪਾਂ ਕਹਿ ਸਕਦੇ ਸਰ, ਵਾਈਬ੍ਰੇਸ਼ਨਸ ਕੰਮ ਕਰਦੀ ਹੈ।
ਇੱਕ ਪੋਜ਼ਿਟਿਵ ਵਾਈਬ੍ਰੇਸ਼ਨ ਦਾ ਇੱਕ 네ਗੇਟਿਵ ਵਾਈਬ੍ਰੇਸ਼ਨ ਦਾ ਜਦੋਂ ਤੁਸੀਂ ਤੁਸੀਂ ਤੁਹਾਡੇ ਵਿੱਚ ਹਾਂ ਵਾਲੀ ਵਿਚਾਰਧਾਰਾ ਵੀ ਤੇ ਯੂ ਕੈਨ ਡੂ ਐਨੀਥਿੰਗ ਮੈਂ ਇਸ ਗੱਲ ਇਹ ਫਿਲਾਸਫੀ ਹੈ ਮੇਰੀ ਕਿ ਜਿਹੜਾ ਕੰਮ ਦੁਨੀਆ ਦਾ ਕੋਈ ਇੱਕ ਬੰਦਾ ਕਰ ਸਕਦਾ ਉਹ ਕੰਮ ਤੁਸੀਂ ਵੀ ਕਰ ਸਕਦੇ ਹੋ ਤੁਹਾਡੇ 'ਚ ਲਗਨ ਚਾਹੀਦੀ ਹੈ ਤੁਹਾਡੇ 'ਚ ਪੋਜ਼ਿਟਿਵ ਵਾਈਬ੍ਰੇਸ਼ਨ ਚਾਹੀਦੀਆਂ ਜਿੱਥੇ ਤੁਹਾਡੇ 'ਚ ਨੈਗੇਟਿਵ ਵਾਈਬ੍ਰੇਸ਼ਨ ਆ ਗਈਆਂ ਨੈਗੇਟਿਵ ਇੰਪੈਕਟ ਤੁਹਾਡੇ 'ਤੇ ਆਉਣਾ ਡੈਫੀਨੇਟਲੀ ਸ਼ੁਰੂ ਹੋਊਗਾ ਤਾਂ ਐਸਟ੍ਰੋਲੋਜੀ ਦੇ ਨਾਲ ਰੈਮਡੀਜ਼ ਦੇ ਨਾਲ ਨਾਲ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਦੇ ਜਿਹੜੇ ਵੀ ਮੇਰੇ ਕੋਲ ਨੋਨ ਪਰਸਨ ਮੇਰੇ ਕੋਲ ਆ ਰਹੇ ਹੈ ਤਾਂ ਉਹਨਾਂ ਨੂੰ ਪੋਜ਼ਿਟਿਵ ਐਨਰਜੀ ਦੇ ਕੇ ਭੇਜਾਂ ਤਾਂ ਕਿ ਉਹ ਆਸ਼ਾਵਾਦੀ ਹੋ ਕੇ ਆਪਦੇ ਜੀਵਨ ਨੂੰ ਜੀ ਸਕਣ ਬਹੁਤ ਨਿਰਾਸ਼ਾਵਾਦੀ ਲੋਕ ਆਉਂਦੇ ਆ ਆਪਦੀ ਲਾਈਫ ਤੋਂ ਪੂਰੀ ਤਰ੍ਹਾਂ ਤੰਗ ਹੋ ਕੇ ਆਉਂਦੇ ਤਾਂ ਉੱਥੇ ਇਹ ਮਨ ਹੁੰਦਾ ਕਿ ਨਹੀਂ ਯਾਰ ਇਹਨੂੰ ਚੰਗੇ ਰਸਤੇ ਪਾਈਏ ਕੋਈ ਬੱਚਾ ਬਹੁਤ ਮਾੜੀ ਸੰਗਤ ਦੀ ਵਜ੍ਹਾ ਜਿੱਦਾਂ ਆਪਾਂ ਅੱਜ ਕੱਲ੍ਹ ਨਸ਼ੇ ਦੀ ਗੱਲ ਕਰਦੇ ਹਾਂ ਤਾਂ ਉਹਦੇ ਮਦਰ ਫਾਦਰ ਆਉਂਦੇ ਆ ਤਾਂ ਇੰਨੇ ਜ਼ਿਆਦਾ ਨੈਗੇਟਿਵ ਇੰਪੈਕਟ ਹੁੰਦਾ ਉਹਨਾਂ ਦੇ ਉੱਤੇ ਕਹਿਣ ਦੀ ਹੱਦ ਨਹੀਂ ਤਾਂ ਉਹਨਾਂ ਨੂੰ ਜਦੋਂ ਪੋਜ਼ਿਟਿਵ ਵਾਈਬਸ ਦਿੰਦੇ ਆ ਤਾਂ ਉਹ ਥੋੜ੍ਹੇ ਜਿਹੇ ਰਿਲੈਕਸ ਹੋ ਕੇ ਜਾਂਦੇ ਆ ਤਾਂ ਕਾਫੀ ਟਾਈਮ ਉਹਨਾਂ ਦਾ ਅੱਛਾ ਨਿਕਲ ਜਾਂਦਾ ਫਿਰ ਉਹ ਕਹਿੰਦੇ ਫਿਰ ਅਸੀਂ ਆ ਕੇ ਜਾਣਾ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਰੈਮਡੀਜ਼ ਜੋਤਿਸ਼ ਰੈਮਡੀਜ਼ ਕੰਮ ਕਰਦੀ ਹੈ ਲੇਕਿਨ ਨਾਲ ਨਾਲ ਉਹਨਾਂ ਨੂੰ ਵਾਈਬ੍ਰੇਸ਼ਨ ਵੀ ਪੋਜ਼ਿਟਿਵ ਤੁਸੀਂ ਉਹਨਾਂ ਨੇ ਕਿਹਾ ਕਿ ਪੋਜ਼ਿਟਿਵ ਵਾਈਬ੍ਰੇਸ਼ਨ ਨੈਗੇਟਿਵ ਵਾਈਬ੍ਰੇਸ਼ਨ ਜਾਂ ਪੋਜ਼ਿਟਿਵ ਐਨਰਜੀ ਕਹਿ ਸਕਦੇ ਆਪਾਂ ਉਹਨੂੰ ਤੇ ਕਿਵੇਂ ਪਤਾ ਲੱਗਦਾ ਕਿ ਆਪਣੇ ਘਰ 'ਚ ਪੋਜ਼ਿਟਿਵ ਐਨਰਜੀ ਹੈ ਨੈਗੇਟਿਵ ਐਨਰਜੀ ਦਾ ਕਿਵੇਂ ਪਤਾ ਲੱਗਦਾ ਸਰ ਪੋਜ਼ਿਟਿਵ ਐਨਰਜੀ ਤੇ ਨੈਗੇਟਿਵ ਐਨਰਜੀ ਦਾ ਆਪਾਂ ਬੇਸਿਕਲੀ ਗੱਲ ਕਰਦੇ ਕਿ ਪੋਜ਼ਿਟਿਵ ਮਤਲਬ ਜੇ ਖੁਸ਼ ਹਾਂ ਆਪਾਂ ਬਹੁਤ ਆਪਣਾ ਮਨ ਪ੍ਰਸੰਨ ਹੈ ਦੈਟਸ ਇਹ ਆਪਾਂ ਪੋਜ਼ਿਟਿਵ ਐਨਰਜੀ ਮੰਨਦੇ ਹਾਂ ਇੱਕ ਬੰਦੇ ਨੂੰ ਪਤਾ ਨੈਗੇਟਿਵ ਐਨਰਜੀ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਘਰ ਦੇ ਵਿੱਚ ਪਾਰਟੀਕੂਲਰ ਇੱਕ ਪੋਜੀਸ਼ਨ 'ਤੇ ਜਾ ਕੇ ਬੈਠ ਗਏ ਤੁਹਾਡੇ ਮਨ ਦੇ ਵਿੱਚ ਵਿਚਾਰ ਜਿਹੜੇ ਉਹ ਮਤਲਬ ਮਾੜੇ ਮਾੜੇ ਵਿਚਾਰ ਆਉਣੇ ਸ਼ੁਰੂ ਹੋ ਗਏ ਹੈ ਨਾ ਤੁਸੀਂ ਇਗਨੋਰ ਕਰਤੀ ਗੱਲ ਨੂੰ ਚਲੋ ਆਪਦਾ ਰੈਸਟ ਕੀਤਾ ਥੋੜ੍ਹਾ ਟਾਈਮ ਬਾਅਦ ਫਿਰ ਨੈਕਸਟ ਡੇ ਫਿਰ ਤੁਸੀਂ ਜਦੋਂ ਘਰੇ ਥੱਕੀ ਹਾਰਿਆ ਫਿਰ ਉਸੇ ਜਗ੍ਹਾ 'ਤੇ ਬੈਠੇ ਸੋਚਣ ਲੱਗ ਪਏ ਤੁਸੀਂ ਤਾਂ ਫਿਰ ਤੁਹਾਡੇ ਮਨ ਦੇ ਵਿੱਚ ਉਸ ਤਰ੍ਹਾਂ ਦੀ ਵਾਈਬ੍ਰੇਸ਼ਨ ਉਸ ਤਰ੍ਹਾਂ ਦੀ ਨੈਗੇਟਿਵ ਐਨਰਜੀ ਤੁਹਾਨੂੰ ਘੇਰ ਲੈਂਦੀ ਹੈ ਤੁਸੀਂ ਹੌਲੀ ਹੌਲੀ ਜਿੱਦਾਂ ਇਹ ਪ੍ਰੈਕਟਿਸ ਬਣ ਜਾਂਦੀ ਹੈ ਯੂਜ਼ ਟੂ ਹੋ ਜਾਂਦੇ ਇਸ ਚੀਜ਼ ਦੀ ਤਾਂ ਹੌਲੀ ਹੌਲੀ ਇੰਪਰੈਸ਼ਨ ਯੂਜ਼ ਕਰਨ ਲੱਗ ਪੈਂਦੇ ਤਾਂ ਜਦੋਂ ਇਹੋ ਜਿਹੀ ਚੀਜ਼ ਹੁੰਦੀ ਹੈ ਇਟ ਮੀਨਸ ਕੀ ਹੈ ਕਿ ਡੈਫੀਨੇਟ ਕਰਦੇ ਇਸ ਪੇਨ ਆਪਣੀ ਨੈਗੇਟਿਵ ਐਨਰਜੀ ਜਿਹੜੀ ਤੁਹਾਨੂੰ ਘੇਰ ਰਹੀ ਹੈ ਤਾਂ ਇਹ ਇਹ ਨੈਗੇਟਿਵ ਇੰਪੈਕਟ ਹੈ ਜਦੋਂ ਮਨ ਤੁਹਾਡਾ ਉਦਾਸ ਹੋਵੇ ਉਹਨੂੰ ਆਪਾਂ ਨੈਗੇਟਿਵ ਐਨਰਜੀ ਕਹਾਂਗੇ ਲਗਾਤਾਰ ਤੁਸੀਂ ਉਦਾਸ ਰਹਿ ਰਹੇ ਪਰੇਸ਼ਾਨ ਰਹਿ ਰਹੇ ਹੋ ਇਹਨੂੰ ਆਪਾਂ ਨੈਗੇਟਿਵ ਐਨਰਜੀ ਕਹਿੰਦੇ ਬਹੁਤ ਖੁਸ਼ ਹੋ ਤੁਸੀਂ ਕਿਸੇ ਕੰਮ ਨੂੰ ਕਰਕੇ ਖੁਸ਼ੀ ਮਿਲਦੀ ਹੈ ਤਾਂ ਬਹੁਤ ਵਧੀਆ ਐਨਰਜੀ ਮਨੁੱਖ ਜੀ ਜਿਹੜੀਆਂ ਤੁਸੀਂ ਨੈਗੇਟਿਵ ਐਨਰਜੀ ਦੀ ਗੱਲ ਕਰ ਰਹੇ ਸੀ ਇਹ ਕਿਵੇਂ ਆਪਾਂ ਲੱਭ ਸਕਦੇ ਹਾਂ ਆਪਣੇ ਘਰ 'ਚੋਂ ਜਾਂ ਕਿਵੇਂ ਪਤਾ ਲੱਗਦਾ ਆਪਾਂ ਨੂੰ ਕਿ ਆਪਾਂ ਨੇ ਨੈਗੇਟਿਵ ਐਨਰਜੀ ਚੱਲ ਰਹੀ ਹੈ ਜਾਂ ਕਿਵੇਂ ਦੂਰ ਕਰ ਸਕਦੇ ਹਾਂ ਸਰ ਮੈਂ ਤੁਹਾਨੂੰ ਬਹੁਤ ਹੀ ਅੱਛੀ ਇੱਕ ਵਿਧੀ ਦੱਸਣ ਜਾ ਰਿਹਾ ਜਿਹਦੇ ਨਾਲ ਤੁਸੀਂ ਕਿਸੇ ਵੀ ਜਗ੍ਹਾ 'ਤੇ ਚਾਹੇ ਤੁਸੀਂ ਆਪਣੇ ਆਫਿਸ 'ਚ ਬੈਠੇ ਉੱਥੇ ਬੈਠ ਕੇ ਤੁਹਾਨੂੰ ਮੰਨ ਲਓ ਡਿਪਰੈਸ਼ਨ ਹੋ ਰਿਹਾ ਤੁਸੀਂ ਇੱਥੇ ਵੀ ਲੱਭ ਸਕਦੇ ਹੋ ਕਿ ਕੀ ਇੱਥੇ ਨੈਗੇਟਿਵ ਐਨਰਜੀ ਕੋਈ ਪ੍ਰਭਾਵ ਛੱਡ ਰਹੀ ਹੈ ਤੁਹਾਡੇ ਉੱਤੇ ਕਿ ਨਹੀਂ ਛੱਡ ਰਹੀਗੀ ਤਾਂ ਇੱਕ ਸਿੰਪਲ ਜਿਹਾ ਫੰਡ ਹੈ ਤੁਹਾਡੇ ਚੈਨਲ ਨਿਊਜ਼ ਟਾਈਮ ਪੰਜਾਬ ਦੇ ਮਾਧਿਅਮ ਨਾਲ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਜੀ ਕਿ ਤੁਸੀਂ ਇੱਕ ਗਲਾਸ ਲੈ ਲਓ ਕੱਚ ਦਾ ਕੱਚ ਦੇ ਗਲਾਸ ਦੇ ਵਿੱਚ ਤੁਸੀਂ ਜਲ ਭਰ ਲਓ ਜੀ ਪਾਣੀ ਭਰ ਲਓ ਪਾਣੀ ਦੇ ਵਿੱਚ ਤੁਸੀਂ 2 ਚਮਚ ਨਮਕ ਦੇ ਪਾਓ ਨਮਕ ਜੇ ਤੁਸੀਂ ਸਮੁੰਦਰੀ ਨਮਕ ਜਾਂ ਜਿਹੜਾ ਕਾਲਾ ਨਮਕ ਜਿਹਨੂੰ ਆਪਾਂ ਕਿਸੇ ਸਿੰਧਾ ਨਮਕ ਜੇ ਤੁਸੀਂ ਯੂਜ਼ ਕਰੋ ਉਹ ਜ਼ਿਆਦਾ ਬੈਟਰ ਹੈ ਤਾਂ ਉਸ ਜਲ ਨੂੰ ਤੁਸੀਂ ਕਿਤੇ ਵੀ ਜਿੱਥੇ ਤੁਸੀਂ ਬੈਠ ਕੇ ਬੈਠਦੇ ਹੋ ਨੈਗੇਟਿਵ ਐਨਰਜੀ ਤੁਹਾਡੇ 'ਤੇ ਪ੍ਰਭਾਵ ਪਾ ਰਹੀ ਹੈ ਤਾਂ ਤੁਸੀਂ ਉਸ ਜਲ ਨੂੰ ਤੁਸੀਂ ਕਿਸੇ ਵੀ ਕੋਨੇ ਦੇ ਵਿੱਚ ਜਿੱਥੇ ਬੈਠਦੇ ਹੋ ਆਸੇ ਪਾਸੇ ਲੁਕੋ ਕੇ ਰੱਖ ਦਿਓ ਮਤਲਬ ਦਿਖੇ ਨਾ ਕਿਸੇ ਨੂੰ ਕਿਉਂਕਿ ਕੱਚ ਦੇ ਗਲਾਸ 'ਚ ਆਪਾਂ ਤਾਂ ਰੱਖਣਾ ਤਾਂ ਕਿ ਆਪਾਂ ਨੂੰ ਵੀ ਉਹਦਾ ਇੰਪੈਕਟ ਜਿਹੜਾ ਤੁਹਾਨੂੰ ਦੱਸਣਾ ਚਾਹੁੰਦਾ ਉਹ ਕੱਚ ਦੇ ਗਲਾਸ 'ਚ ਆਪਾਂ ਨੂੰ ਸਾਹਮਣੇ ਦਿਖੂਗਾ ਦੂਸਰੇ ਗਲਾਸ 'ਚ ਆਪਾਂ ਨਹੀਂ ਦਿਖੇਗਾ ਉਹਦੀ ਫੋਟੋ ਕਲਿੱਕ ਕਰ ਲਓ ਸਰ ਜਲ ਪਾਣੀ ਦੀ ਫੋਟੋ ਕਲਿੱਕ ਕਰ ਲਓ ਤੁਸੀਂ 24 ਘੰਟੇ ਤੱਕ ਜਲ ਉੱਥੇ ਪਿਆ ਜਦੋਂ ਜਲ ਉੱਥੇ ਪਿਆ ਰਿਹਾ ਨੈਕਸਟ ਡੇ ਤੁਸੀਂ ਜਦੋਂ 24 ਘੰਟੇ ਬਾਅਦ ਤੁਸੀਂ ਉਸ ਜਲ ਨੂੰ ਦੇਖ ਰਹੇ ਹੋ ਤਾਂ ਉਸ ਜਲ ਦਾ ਜਿਹੜਾ ਕਲਰ ਹੈ ਇਹ ਤੁਸੀਂ ਕਰਕੇ ਦੇਖੋ ਉਸ ਜਲ ਦੇ ਕਲਰ ਦੇ ਵਿੱਚ ਫਰਕ ਆ ਜੇ ਉਹਦਾ ਜਲ ਦਾ ਕਲਰ ਡਾਰਕ ਹੋ ਜਾਂਦਾ ਇਟ ਮੀਨਸ ਜੇ ਹਲਕਾ ਡਾਰਕ ਹੁੰਦਾ ਤਾਂ ਨਾਰਮਲ ਗੱਲ ਹੈ ਚਲੋ ਜੇ ਬਿਲਕੁਲ ਸਹੀ ਰਹਿੰਦਾ ਉਸੇ ਤਰ੍ਹਾਂ ਕਲਰ ਹੈ ਤਾਂ ਇਹ ਕੋਈ ਪ੍ਰੋਬਲਮ ਨਹੀਂ ਤੁਹਾਡੇ ਮਨ ਦਾ ਵਹਿਮ ਹੈ ਕੋਈ ਨੈਗੇਟਿਵ ਐਨਰਜੀ ਨਹੀਂ ਹੈਗੀ
ਜੇ ਹਲਕਾ ਜਿਹਾ ਡਰ ਕਰਦੇ ਤਾਂ ਮਾਈਨਰ ਪ੍ਰੋਬਲਮ ਹੈ ਘਰ ਦੇ ਵਿੱਚ, ਨੈਗੇਟਿਵ ਐਨਰਜੀ ਘਰ ਦੇ ਵਿੱਚ ਚੱਲ ਰਹੀ ਹੈ। ਜੇ ਬਹੁਤ ਜ਼ਿਆਦਾ ਡਰ ਚਲਾ ਜਾਂਦਾ ਤਾਂ ਸਮਥਿੰਗ ਵੈਰੀ ਸੀਰੀਅਸ, ਜਿਹੜੀ ਡੇਂਜਰਸ, ਜਦੋਂ ਉਨਮਾਦ ਰੋਗ ਬੰਦਾ ਪਾਗਲ ਬੰਦਾ ਸ਼ਿਕਾਰ ਹੁੰਦਾ, ਤਾਂ ਉਹੋ ਜਿਹੀ ਜਗ੍ਹਾ 'ਤੇ ਜੇ ਤੁਸੀਂ ਇਹੋ ਜਿਹਾ ਕੁਛ ਕਰਕੇ ਦੇਖੋਗੇ, ਪ੍ਰੈਕਟੀਕਲ ਕਰਕੇ ਦੇਖੋਗੇ, ਤਾਂ ਉਹਦਾ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਡਰਕ ਹੋ ਜਾਊਗਾ। ਇਸ ਤਰੀਕੇ ਨਾਲ ਤੁਸੀਂ ਜਿਹੜੀ ਇਹ ਨੈਗੇਟਿਵ ਐਨਰਜੀ ਲੱਭ ਸਕਦੇ। ਅਤੇ ਹੁਣ ਅੱਗੇ ਮੈਂ ਦੱਸਣਾ ਚਾਹੁੰਦਾ ਕਿ ਮੰਨ ਲਓ ਨੈਗੇਟਿਵ ਹੋ ਗਿਆ, ਡਰ ਕਾਲਾ ਹੋ ਗਿਆ ਤੁਹਾਡਾ, ਜਾਂ ਬਰਾਊਨ ਹੋ ਗਿਆ, ਜਾਂ ਕਾਫੀ ਰੈਡਿਸ਼ ਜਿਹਾ ਹੋ ਗਿਆ, ਤਾਂ ਕੀ ਕਰਨਾ ਉਹਦਾ? ਤੁਹਾਨੂੰ ਤੁਸੀਂ ਵਾਸ਼ ਬੇਸ਼ਨ ਦੇ ਵਿੱਚ ਜਾਂ ਟਾਇਲਟ ਦੇ ਵਿੱਚ ਉਹਨੂੰ ਡਿਸਪੋਜ਼ ਕਰ ਦਿਓ, ਨੈਗੇਟਿਵ ਐਨਰਜੀ ਨੂੰ ਆਪਾਂ ਦੂਰ ਬਹਾਉਣਾ। ਅਤੇ ਇਸ ਤਰੀਕੇ ਨਾਲ ਤੁਸੀਂ ਨੈਗੇਟਿਵ ਐਨਰਜੀ ਨੂੰ ਡਿਟੈਕਟ ਕਰ ਸਕਦੇ। ਮਨੀ ਤੁਸੀਂ ਦੱਸਿਆ ਕਿ ਇੱਕ ਗਲਾਸ ਦੇ ਜ਼ਰੀਏ ਆਪਾਂ ਜਿਹੜੀ ਨੈਗੇਟਿਵ ਐਨਰਜੀ ਹੈ ਉਹ ਲੱਭ ਸਕਦੇ ਹਾਂ, ਅਤੇ ਉਹ ਨੈਗੇਟਿਵ ਐਨਰਜੀ ਜਦੋਂ ਲੱਭੀ ਗਈ ਤਾਂ ਉਸ ਤੋਂ ਬਾਅਦ ਆਪਾਂ ਲੋਕਾਂ ਨੂੰ ਕੀ ਉਪਚਾਰ ਦੇ ਸਕਦੇ ਹਾਂ, ਕੀ ਰੈਮਡੀਜ਼ ਕੀ ਹੋਣਗੀਆਂ ਲੋਕਾਂ ਲਈ ਉਹਨਾਂ ਦੀਆਂ? ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਸਾਡੇ ਨਾਲ ਜੁੜੇ ਹੋਏ, ਅੱਜ ਆਪਾਂ ਦਰਸ਼ਕਾਂ ਨੂੰ ਦੱਸੀਏ ਕਿ ਆਪਾਂ ਇਹਦਾ ਕੀ ਉਪਚਾਰ ਕਰ ਸਕਦੇ ਹਾਂ। ਸਰ, ਜੇ ਇਹਦੇ ਪਰਮਾਨੈਂਟ ਸੋਲਿਊਸ਼ਨ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਨਿਯਮ ਤਾਂ ਜਨਮ ਤੇ ਟਾਈਮ ਦਾ ਬੇਸ ਮੰਨ ਕੇ ਉਹਨਾਂ ਦੀ ਹੋਲਸ ਤੋਂ ਰੀਡ ਕਰਨਾ ਵੀ ਉਹਨਾਂ ਦੀ ਕੀ ਦਸ਼ਾ ਚੱਲਦੀ ਪਈ, ਕਾਹਦੇ ਅਕੋਰਡਿੰਗ ਆਪਾਂ ਕੀ ਰੈਮਡੀਜ਼ ਕਰਾਈਏ ਜਿਹੜਾ ਉਹ ਬਿਲਕੁਲ ਪੂਰੀ ਤਰ੍ਹਾਂ ਠੀਕ। ਜੇ ਆਪਾਂ ਇਮੀਡੀਏਟ ਰਿਲੀਫ ਦੀ ਗੱਲ ਕਰਦੇ ਹਾਂ ਕਿ ਅੱਜ ਮੈਂ ਬਹੁਤ ਟੈਨਸ਼ਨ 'ਚ ਹੈ ਵੀ ਆਹ ਮੈਨੂੰ ਡਿਟੈਕਟ ਵੀ ਹੋ ਗਈ ਪ੍ਰੋਬਲਮ, ਤਾਂ ਸੋਲਿਊਸ਼ਨ ਕੀ ਹੈ ਘਰ ਦੇ ਵਿੱਚ? ਜਦ ਸਭ ਤੋਂ ਪਹਿਲਾਂ ਇਸ ਚੀਜ਼ ਦਾ ਸੋਲਿਊਸ਼ਨ ਮੈਂ ਦੱਸਦਾ ਤੁਹਾਨੂੰ, ਪਾਣੀ ਦੇ ਵਿੱਚ ਨਮਕ ਮਿਲਾ ਲਓ ਥੋੜ੍ਹਾ ਜਿਹਾ, ਉਸ ਨਮਕ ਨਾਲ ਸਨਾਨ ਕਰੋ। ਜਦੋਂ ਉਸ ਨਮਕ ਨਾਲ ਸਨਾਨ ਕਰੋਗੇ ਤਾਂ ਆਫਟਰ ਸਮ ਟਾਈਮ ਤੁਹਾਨੂੰ ਬਹੁਤ ਹਲਕਾ ਫੀਲ ਹੋਊਗਾ, ਤੁਹਾਨੂੰ ਇਹ ਲੱਗੂਗਾ ਕਿ ਜਿਵੇਂ ਕੋਈ ਨਾ ਕੋਈ ਭਾਗ ਲਾ ਕੇ ਸੁੱਤਾ, ਇਸ ਤਰ੍ਹਾਂ ਫੀਲਿੰਗ ਆਊਗੀ। ਇਸੇ ਵਾਲਾ ਜੇ ਘਰ 'ਚ ਨੈਗੇਟਿਵਿਟੀ ਹੈ, ਮੰਨ ਲਓ ਕਿ ਘਰ ਦੇ ਚਾਰ ਮੈਂਬਰ ਹੈ, ਚਾਰਾਂ ਨੂੰ ਵੱਖਰੋ ਵੱਖਰਾ, ਕੋਈ ਬੰਦਾ ਕਿਸੇ ਨੂੰ ਬੁਲਾ ਕੇ ਰਾਜੀ ਨਹੀਂ, ਤਾਂ ਇਹਦੇ ਬਾਰੇ ਮੈਂ ਕਹਿਣਾ ਚਾਹੂੰਗਾ ਕਿ ਸੇਮ ਥਿੰਗ ਹੈ, ਨਮਕ ਬਹੁਤ ਸਾਇੰਟੀਫਿਕ ਹੈ, ਇਹਨੂੰ ਵਰਤ ਕੇ ਦੇਖੋ, ਜਮਾ ਕੇ ਦੇਖੋ। ਤੁਸੀਂ ਜੇ ਬਕਟ ਦੇ ਵਿੱਚ ਤੁਸੀਂ ਇਹ ਜਿਹੜਾ ਸਮੁੰਦਰੀ ਨਮਕ ਤੁਹਾਨੂੰ ਕਿਹਾ ਜਾਂ ਕਾਲਾ ਨਮਕ ਪਿਆ, ਇਹਨੂੰ ਪਾਓ ਤੁਸੀਂ 2 ਚਮਚ, ਉਹਦਾ ਤੁਸੀਂ ਪੋਚਾ ਲਗਾਓ, ਹਫ਼ਤੇ 'ਚ 2 ਹੀ ਲਗਾ, ਉਹਦੇ ਨਾਲ ਘਰ ਦੇ ਵਿੱਚੋਂ ਨੈਗੇਟਿਵਿਟੀ ਤੁਹਾਡੀ ਹੌਲੀ ਹੌਲੀ ਬਿਲਕੁਲ ਦੂਰ ਹੁੰਦੀ ਹੋ ਜਾਊਗੀ। ਪਤੀ ਪਤਨੀ ਦੇ ਝਗੜੇ ਕਈ ਘਰ ਟੁੱਟਣ ਤੋਂ ਬਚ ਜਾਂਦੇ, ਕਈ ਬੱਚੇ ਜਿਹੜੇ ਕਹਿਣਾ ਨਹੀਂ ਮੰਨਦੇ ਘਰਦਿਆਂ ਤੋਂ ਅੱਖੇ ਲੱਗਣ ਲੱਗ ਪੈਂਦੇ। ਇਹ ਮਤਲਬ ਫੋਰ ਟਾਈਮਿੰਗ, ਕੁਛ ਟਾਈਮਿੰਗ ਸੋਲਿਊਸ਼ਨ ਹੈ, ਪਰਮਾਨੈਂਟ ਸੋਲਿਊਸ਼ਨ ਵੀ ਆਪਾਂ ਨੂੰ ਡੇਵਾ ਜ਼ਰੂਰ ਦੇਖਣਾ ਪਊਗਾ, ਲੇਕਿਨ ਇਹਦੇ ਨਾਲ ਰੀਫ ਜ਼ਰੂਰ ਮਿਲੂਗਾ, ਠੀਕ ਹੈ? ਆਪਾਂ ਕਹਿੰਦੇ ਫਸਟ ਏਡ, ਤਾਂ ਫਸਟ ਏਡ ਦੇ ਤੌਰ 'ਤੇ ਉਹ ਤਾਂ ਵਰਤ ਸਕਦੇ। ਬਹੁਤ ਵਧੀਆ ਗੱਲ ਹੈ ਜੀ। ਹੁਣ ਜੀ, ਇੱਕ ਜਦੋਂ ਲੋਕ ਜਾਂਦੇ ਅੱਜ ਕੱਲ੍ਹ ਪੰਡਤਾਂ ਕੋਲ ਅਤੇ ਉਹ ਕਈ ਤਰ੍ਹਾਂ ਦੇ ਬ੍ਰਹਮ ਮੋਰਦਾਂ ਦੀ ਕਈ ਕੋਈ ਪੰਡਤ ਪੈਸੇ ਲਾ ਲੈਂਦੇ ਆ, ਕਈ ਸਫ਼ਰ ਕਰਨਾ ਪੈਂਦਾ ਕਈ ਲੋਕਾਂ ਨੂੰ, ਅਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਰ, ਇਸ ਤਰ੍ਹਾਂ ਗੱਲ ਹੈ ਵੀ ਇਹ ਚੀਜ਼ ਠੀਕ ਨਹੀਂ ਹੈ ਵੀ ਜੋਤਿਸ਼ ਦੇ ਮਾਧਿਅਮ ਨਾਲ ਆਪਾਂ ਕਿਸੇ ਨੂੰ ਲੁੱਟੀਏ। ਮੈਂ ਇਸ ਗੱਲ ਦੇ ਵਿੱਚ ਬਿਲੀਵ ਨਹੀਂ ਕਰਦਾ ਕਿ ਕਿਸੇ ਨੂੰ ਲੁੱਟਿਆ ਜਾਵੇ, ਬਿਲਕੁਲ ਨਹੀਂ। ਤੁਸੀਂ ਇਹੀ ਮੇਨ ਤੁਹਾਡਾ ਕੁਸ਼ਚਨ ਬੋਲਦੇ ਹੋ। ਮੈਂ ਕਹਿਣਾ ਚਾਹੂੰਗਾ ਕਿ ਪੰਜੋ ਉਮਰਾਂ ਬਰਾਬਰ ਨਹੀਂ ਹੈ। ਦੇਖੋ, ਜੇ ਕਿਸੇ ਵੀ ਪੇਸ਼ੇ ਨੂੰ ਲਾ ਲਓ, ਤੁਸੀਂ ਐਡਵੋਕੇਟ ਹੋ, ਐਡਵੋਕੇਟ ਵੀ ਅਲੱਗ ਅਲੱਗ ਤਰ੍ਹਾਂ ਦੇ, ਕੋਈ ਬੰਦਾ ਹੈਗਾ ਜਿਹੜਾ ਆ ਗਏਗਾ ਅਤੇ ਉਹਨੂੰ ਜਿੰਨੇ ਮਰਜ਼ੀ ਪੈਸੇ ਲੈ ਲਏ, ਲੇਕਿਨ ਜੇ ਤੁਹਾਡੇ ਵਰਗਾ ਕੋਈ ਬੰਦਾ ਤਾਂ ਉਹਨੂੰ ਆਪਾਂ ਵਧੀਆ ਤਰੀਕੇ ਨਾਲ ਡੀਲ ਕਰੋਗੇ, ਅਗਲੇ ਦੀ ਪ੍ਰੋਬਲਮ ਵੀ ਸਮਝੋਗੇ, ਅਤੇ ਜਿਹੋ ਜਿਹਾ ਬੰਦਾ ਉਸ ਤਰੀਕੇ ਨਾਲ ਡੀਲ ਤੁਸੀਂ ਕਰ ਲਓ। ਐਸਟ੍ਰੋਲੋਜੀ ਦੇ ਵਿੱਚ ਵੀ ਡਿਫਰੈਂਟ ਕੈਟਾਗਰੀ ਹੈ, ਕੋਈ ਕੋਈ ਕਿਸੇ ਦੇ ਨੇਚਰ ਦਾ, ਕੋਈ ਕਿਸੇ ਦੇ ਡਾਕਟਰਸ ਹੈ। ਤੁਸੀਂ ਦੇਖੋ ਵੀ ਕਈ ਲੁੱਟ ਕਿੰਨੀ ਮਚਾਈ ਹੋਈ ਹੈ, ਆਪਾਂ ਜਾਣਦੇ ਕਿੰਨੀ ਜ਼ਿਆਦਾ ਲੁੱਟ ਖਸੁੱਟ ਹੋ ਰਹੀ ਹੈ, ਹੈ ਨਾ, ਅਤੇ ਕਈ ਇਹ ਬਹੁਤ ਨੋਵਰਪੋਜ਼ ਵੀ ਕਰ ਰਹੇ। ਤਾਂ ਸਾਰੇ ਐਸਟ੍ਰੋਲੋਜੀ ਬਰਾਬਰ ਨਹੀਂ ਹੈ, ਬਹੁਤ ਅੱਛੇ ਅੱਛੇ ਬਹੁਤ ਗਿਆਨੀ ਪੁਰਸ਼, ਮੈਂ ਸੈਮੀਨਾਰ ਬਹੁਤ ਦੂਰ ਦੂਰ ਤੱਕ ਅਟੈਂਡ ਕਰਦੀ ਹਾਂ, ਬੋਮਬੇ ਵੀ ਹਾਂ ਮੈਂ, ਇੱਥੇ ਕਾਫੀ ਦੂਰ ਦੂਰ ਤੱਕ ਸੈਮੀਨਾਰ ਮੈਂ ਅਟੈਂਡ ਕੀਤੇ ਐਸਟ੍ਰੋਲੋਜੀ ਦੇ। ਤਾਂ ਇੰਨੇ ਗੁਣੀ ਗਿਆਨੀ ਬੰਦੇ ਆਪਣੇ ਭਾਰਤ ਵਰਸ਼ ਜੋਤਿਸ਼ ਦੇ ਲਈ ਹੈਗੇ ਆ, ਤਾਂ ਆਪਾਂ ਉਹਨਾਂ ਨੂੰ ਜੇ ਆਪਾਂ ਇਸ ਕੈਟਾਗਰੀ 'ਚ ਲੈ ਕੇ ਚੱਲੀਏ ਤਾਂ ਠੀਕ ਨਹੀਂ ਹੈ। ਦੇਖੋ, ਕਈ ਮੈਂ ਕਹੂੰਗਾ ਝੋਲਾ ਚੁੱਕ ਲੋਕ ਹੈ, ਹੁਣ ਅਸੀਂ ਪਰਮਾਨੈਂਟ ਵਸਨੀਕ ਹੈ ਇੱਥੋਂ ਦੇ, ਤੁਹਾਡੇ ਪਰਿਵਾਰ ਨਾਲ ਹੀ ਮੈਨੂੰ ਲੱਗਦਾ ਕਿੰਨੇ ਟਾਈਮ ਦੀ ਸਾਡੀ ਸਾਂਝ ਹੈ, ਅਸੀਂ ਛੱਡ ਕੇ ਕਿੱਥੇ ਜਾਵਾਂਗੇ?
ਹੁਣ ਬੰਦਾ ਆਇਆ ਦੂਰੋਂ, ਉਹ ਸਿਰਫ 2 ਦਿਨ ਲਈ ਤੁਹਾਡੇ ਇੱਥੇ ਰਹਿ ਰਿਹਾ, ਬਾਅਦ ਵਿੱਚ ਤੁਸੀਂ ਕੰਪਲੇਂਟ ਕਰਦੇ ਮੇਰੇ ਨਾਲ ਠੱਗੀ ਮਾਰ ਕੇ ਚਲਾ ਗਿਆ, ਮੈਂ ਨਾ ਉਹ ਕਰਕੇ ਚਲਾ ਗਿਆ, ਬਾਅਦ ਚੋਂ ਪਿੱਛਾ ਤਾਂ ਦੋਵੇਂ ਜੀ। ਇਹਦੇ ਲਈ ਤੁਹਾਨੂੰ ਪਰਸਨ ਨੂੰ ਜਿਹੜਾ ਬੰਦਾ ਆ ਰਿਹਾ ਉਹਨੂੰ ਸੋਚਣਾ ਚਾਹੀਦਾ ਕਿ ਮੈਂ ਕਿਹੋ ਜਿਹੇ ਬੰਦੇ ਕੋਲ ਜਾ ਰਿਹਾ ਤੁਹਾਡੇ ਨਾਲ ਦਿਖਾਉਣ ਵਾਸਤੇ, ਅਤੇ ਉਹ ਮੈਨੂੰ ਕਿੱਦਾਂ ਗਾਈਡ ਕਰ ਰਿਹਾ। ਠੀਕ ਹੈ, ਅਤੇ ਸਾਰੇ ਬੰਦੇ ਇਹ ਵਹਿਮ 'ਚ ਨਹੀਂ ਪਾ ਰਹੇ, ਸਾਰੇ ਬੰਦੇ ਕੋਈ ਠੱਗੀ ਨਹੀਂ ਮਾਰ ਰਹੇ ਗੇ, ਅਤੇ ਸਾਰੇ ਬੰਦੇ ਨੋਬਲ ਗੋਲ ਵੀ ਨਹੀਂ ਕਰਦੇ। ਕਿਸੇ ਵੀ ਗ੍ਰਹਿ ਦੀਆਂ 30 ਡਿਗਰੀ ਹੁੰਦੀਆਂ ਜੀ, 30 ਡਿਗਰੀ ਤੋਂ ਬਾਅਦ ਜਿਹੜਾ ਉਹ ਰਾਸ਼ੀ ਪਰਿਵਰਤਨ ਕਰ ਦਿੰਦਾ, ਅਗਲੀ ਰਾਸ਼ੀ ਚਲਾ ਜਾਂਦਾ ਜੀ। ਤਾਂ ਡਿਗਰੀ ਹੁੰਦਾ ਜਦੋਂ 0 ਡਿਗਰੀ 'ਤੇ ਗ੍ਰਹਿ ਇੱਕ ਮੀਨ ਤੋਂ ਜਸਟ ਐਂਟਰ ਕੀਤਾ ਨਵੀਂ ਰਾਸ਼ੀ ਦੇ ਵਿੱਚ ਗ੍ਰਹਿ, ਤਾਂ 0 ਡਿਗਰੀ ਤੋਂ ਲੈ ਕੇ 5 ਡਿਗਰੀ ਤੱਕ ਗ੍ਰਹਿ ਨੂੰ ਕਮਜ਼ੋਰ ਮੰਨਿਆ ਜਾਂਦਾ ਜੀ। ਮਤਲਬ ਬਚਪਨ ਦਾ ਪੜਾਅ ਉਹਦਾ ਮੰਨਿਆ ਜਾਂਦਾ ਕਿ 0 ਤੋਂ 5 ਤੱਕ ਇਹ ਕੰਮ ਘੱਟ ਕਰਦਾ ਪੈ ਗਿਆ, ਇੱਥੇ ਕੰਮ ਕਰੂਗਾ ਲੇਕਿਨ ਘੱਟ ਕਰੂਗਾ ਜੀ। 5 ਤੋਂ ਲੈ ਕੇ 25 ਤੱਕ ਗ੍ਰਹਿ ਉਹਦਾ ਫੁੱਲ ਅਸਰ ਦਿਖਾਉਂਦਾ, ਜਿਹੜੇ ਵੀ ਘਰ ਦੇ ਵਿੱਚ ਗ੍ਰਹਿ ਹੈਗਾ, ਜਿਹੜੇ ਵੀ ਭਾਵ ਦੇ ਵਿੱਚ ਉਹ ਗ੍ਰਹਿ ਬੈਠਾ, ਉਹ ਫੁੱਲ ਅਸਰ ਕਰਦਾ 5 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਜੀ। ਯੋਗ ਅਵਸਥਾ ਉਹਦੀ ਗ੍ਰਹਿ ਦੀ 25 ਤੋਂ 30 ਦੇ ਵਿੱਚ ਉਹ ਬੁਢਾਪੇ ਦੇ ਵਿੱਚ ਚਲਾ ਜਾਂਦਾ, ਮਤਲਬ ਉਹ ਜਾਣ ਵਾਲਾ। ਹੁਣ 30 ਤੋਂ ਬਾਅਦ ਤੁਹਾਡਾ ਨੈਕਸਟ 'ਚ ਚਲੇ ਜਾਣਾ ਫਿਰ ਬਚਪਨ, 25 ਤੋਂ 30 ਫਿਰ ਵੀ ਉਹ ਕੰਮ ਕਰਦਾ। ਅਤੇ ਇਸ ਤਰ੍ਹਾਂ ਇਹ ਡਿਗਰੀਜ਼ ਹੈ, 0 ਤੋਂ 30 ਡਿਗਰੀ 'ਤੇ ਕੋਈ ਜ਼ਿਆਦਾ ਹੈ ਨਹੀਂ ਇਹਦੇ ਚੱਕਰ, 0 ਤੋਂ 5 ਬਚਪਨ ਚੱਲਦਾ, 5 ਤੋਂ 25 ਤੱਕ ਪੂਰਾ ਕੰਮ ਕਰਦਾ, 25 ਤੋਂ 30 ਡਿਗਰੀ ਫਿਰ ਕਮਜ਼ੋਰ ਹੈ। ਕਿਹੋ ਜਿਹਾ ਫੀਲ ਕਰਦੇ ਤੁਹਾਨੂੰ ਮਿਲ ਕੇ? ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਕਿ ਕਾਫੀ ਪੋਜ਼ਿਟਿਵ ਫੀਲ ਕਰਦੇ, ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਕੋਈ ਸਲਿਊਸ਼ਨ ਮਿਲ ਗਿਆ, ਰਸਤਾ ਮਿਲ ਗਿਆ। ਅਤੇ ਜੇ ਮਤਲਬ ਪੂਰੀ ਸ਼ਰਧਾ ਵਿਸ਼ਵਾਸ ਨਾਲ ਰੈਮਡੀਜ ਕਰਦੇ ਆ ਤਾਂ 100% ਰਿਜ਼ਲਟ ਉਹਨਾਂ ਨੂੰ ਮਿਲਦਾ ਆਪਦੀ ਪ੍ਰੋਬਲਮ ਤੋਂ ਬਾਹਰ। ਹੁਣ ਜੀ ਜੋਤਿਸ਼ ਬੜੇ ਲੋਕ ਫੋਲੋ ਕਰਦੇ ਆ, ਤੁਹਾਨੂੰ ਕਈ ਲੋਕ ਫੋਲੋ ਕਰਦੇ ਆ, ਜੋਤਿਸ਼ ਨੂੰ ਦਿਖਾਉਣ ਆਉਂਦੇ ਆ, ਕੁੜੀ ਦਿਖਾਉਣ ਆਉਂਦੇ ਆ, ਕਿਹੋ ਲੋਕ ਨੂੰ ਫੋਲੋ ਕਰਦੇ ਆ? ਸਰ ਕਾਫੀ ਲੋਕ ਹੈ, ਹਰ ਇੱਕ ਕੈਟਾਗਰੀ ਦੇ ਵਿੱਚੋਂ ਹੈ ਲੋਕ ਜਿਹੜੇ ਫੋਲੋ ਕਰਦੇ, ਜੋਤਿਸ਼ ਨੂੰ ਫੋਲੋ ਕਰਦੇ, ਮੈਨੂੰ ਫੋਲੋ ਕਰਦੇ, ਕਈ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਕਹਿੰਦੇ ਵੀ ਸਿਰਫ ਅਤੇ ਸਿਰਫ ਅਸੀਂ ਮੈਨੂੰ ਕਿਸੇ ਕੋਲ ਨਹੀਂ ਜਾਂਦੇ ਅਤੇ ਤੁਹਾਡੇ ਕੋਲ ਹੋ ਗਿਆ ਤੁਹਾਨੂੰ ਸੈਟਿਸਫੈਕਸ਼ਨ। ਅਤੇ ਕਈ ਲੋਕ ਇਸ ਕੈਟਾਗਰੀ ਦੇ ਵੀ ਕਿ ਉਹ ਸ਼ਹਿਰ ਦਾ ਕੋਈ ਐਸਟ੍ਰੋਲੋਜਰ ਨਹੀਂ ਛੱਡਦੇ ਗੇ ਜਾਂ ਨੀਅਰ ਬਾਈ ਜਿਹੜੇ ਡਿਸਟ੍ਰਿਕਟਸ ਉੱਥੇ ਵੀ ਜਾ ਕੇ ਆਪਣੀ ਟੇਵਾ ਦਿਖਾਈ ਦੇਣ। ਇਹ ਸੈਮੀਨਾਰ 'ਤੇ ਜਾਂਦੇ ਮੇਰੇ ਤੋਂ ਟੇਵਾ ਦਿਖਾਇਆ ਵੀ ਨਾਲ ਦੇ ਰਸਤੇ ਵੀ ਹੋਰ ਬੈਠਾ, ਉੱਥੇ ਤਾਂ ਮੈਂ ਉੱਥੇ ਤਾਂ ਤੁਸੀਂ ਬਾਏ ਤਾਂ ਕਰਨਾ ਹੀ ਨਹੀਂ, ਇਹਦਾ ਮਤਲਬ ਇਹ ਹੈ ਕਿ ਸਿਰਫ ਟਾਈਮ ਪਾਸ ਹੈ। ਕਈ ਲੋਕ ਸਿੰਸੀਅਰ ਹੋ ਕੇ ਆਉਂਦੇ ਤੁਹਾਡੇ ਕੋਲ, ਜੈਨੂਇਨ ਪ੍ਰੋਬਲਮ ਲੈ ਕੇ ਜਾਂਦੇ ਆਪਦੇ ਬਾਰੇ ਦੱਸਦਾ, ਮੈਂ ਸਿਰਫ ਸਿੰਸੀਅਰ ਪਰਸਨ ਨੂੰ ਡੀਲ ਕਰਦਾ। ਮੈਨੂੰ ਪਹਿਲਾਂ ਹੋਰ ਪਤਾ ਲੱਗ ਜਾਂਦਾ ਕਿ ਇਹ ਬੰਦਾ ਜਿਹੜਾ ਹੈਗਾ ਇਹ ਟਾਈਮ ਪਾਸ ਵਾਲਾ, ਅਤੇ ਮੇਰੇ ਕੋਲ ਕੋਈ ਲਾਲਚ ਨਹੀਂ ਹੈ ਕਿਸੇ ਤਰ੍ਹਾਂ ਦਾ। ਮੈਂ ਕਹਿੰਦਾ ਵੀ ਨਹੀਂ, ਮੇਰੇ ਕੋਲ ਜਿਹੜਾ ਸਿੰਸੀਅਰ ਆ ਉਹੀ ਬੰਦਾ ਆਵੇ। ਐਕਚੁਲੀ ਸਰ ਮੇਰੇ ਕੋਲ ਟਾਈਮ ਹੀ ਹੈ ਨਹੀਂ ਕਿ ਮੈਂ ਵੱਧ ਤੋਂ ਵੱਧ ਟਾਈਮ ਦੇ ਸਕਾਂ ਲੋਕਾਂ ਨੂੰ, ਇਸ ਕਰਕੇ ਜਿਹੜਾ ਕਾਫੀ ਮੇਰੇ ਕੋਲ ਪੁਰਾਣੇ ਟਾਈਮ ਤੋਂ ਆ ਰਹੇ ਉਹੀ ਲੋਕ ਮੇਰੇ ਨਾਲ ਜ਼ਿਆਦਾ ਜੁੜੇ, ਉਹਨਾਂ ਦੇ ਸਰਕਲ ਵਾਲੇ ਬੰਦੇ ਅੱਗੇ ਨੇ ਜੁੜੇ। ਹੁਣ ਤੁਸੀਂ ਹੁਣੀ ਗੱਲ ਕੀਤੀ ਜਵਾਬ 'ਚ, ਤੁਸੀਂ ਕਿਹਾ ਔਰਾ, ਔਰਾ ਥੈਰੇਪੀ ਕੋਈ ਹੁੰਦੀ ਹੈ ਜਾਂ ਕੀ ਔਰਾ ਕਿਵੇਂ ਪਤਾ ਲੱਗਦਾ ਲੋਕਾਂ ਦਾ ਔਰਾ ਕੀ ਹੈ? ਸਰ ਤੁਹਾਨੂੰ ਕਿਸੇ ਪਰਸਨ ਦੇ ਸੈਨੀਧਿਆ 'ਚ ਬੈਠ ਕੇ ਬਹੁਤ ਅੱਛਾ ਲੱਗਦਾ ਤਾਂ ਉਹਦਾ ਔਰਾ ਬਹੁਤ ਅੱਛਾ ਹੈ। ਕਿਸੇ ਕਿਸੇ ਕੋਲ ਬੈਠ ਕੇ ਤੁਹਾਨੂੰ ਲੱਗਦਾ ਇਰੀਟੇਸ਼ਨ ਹੈ, ਫੀਲ ਇਰੀਟੇਸ਼ਨ,
ਮੈਨੂੰ ਇੱਥੇ ਬੈਟਰ ਨਹੀਂ ਲੱਗ ਰਿਹਾ, ਬਟ ਮੈਂ ਇਹ ਹੋ ਰਿਹਾ। ਤੁਹਾਡੇ ਆਸੇ ਪਾਸੇ ਕਿੱਦਾਂ ਦੇ ਵਾਈਬ੍ਰੇਸ਼ਨ ਹੁੰਦਾ, ਇਹ ਹੋ ਰਿਹਾ ਤਾਂ ਬਹੁਤ ਸਾਰਾ। ਦੋਸਤੋ, ਅਸੀਂ ਅੱਜ ਗੱਲ ਕਰ ਰਹੇ ਸੀ ਡਾਕਟਰ ਮਨੂ ਸ਼ਰਮਾ ਜੀ ਨਾਲ, ਜੋ ਕਿ ਬਹੁਤ ਵਧੀਆ ਐਸਟ੍ਰੋਲੋਜਰ ਨੇ, ਕੰਸਲਟੈਂਟ ਨੇ। ਜੇ ਤੁਸੀਂ ਉਹਨਾਂ ਨੂੰ ਮਿਲਣਾ ਹੋਵੇ ਤਾਂ ਉਹਨਾਂ ਦਾ ਫੋਨ ਨੰਬਰ ਸਾਡੀ ਸਕਰੀਨ 'ਤੇ ਹੈ, ਤੁਸੀਂ ਕਦੇ ਵੀ ਉਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਮਿਲ ਸਕਦੇ ਹੋ। ਅਗਲੀ ਵਾਰ ਇੱਕ ਹੋਰ ਨਵੀਂ ਪਰਸਨੈਲਿਟੀ ਦੇ ਨਾਲ ਇਸੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫਿਰ ਮਿਲਾਂਗੇ। ਤਦ ਤੱਕ ਸਤਿ ਸ਼੍ਰੀ ਅਕਾਲ।